ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਉਮੀਦ ਕਰਦੀਆਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤਾਂ ਅਸੀਂ ਅੱਜ ਤੁਹਾਡੇ ਵਾਸਤੇ ਲੁਧਿਆਣੇ ਦੀ ਇੱਕ ਬਹੁਤ ਹੀ ਵਧੀਆ ਮਾਰਕੀਟ ਲੈ ਕੇ ਆ ਚੁੱਕੇ ਹਾਂ ਜੀ ਜਿਹਦੇ ਬਾਰੇ ਸ਼ਾਇਦ ਅਜੇ ਕਿਸੇ ਨੂੰ ਪਤਾ ਨਹੀਂ ਹੈ ਜੀ ਲੁਧਿਆਣੇ ਦੀ ਇਹ ਉਹ ਮਾਰਕੀਟ ਹੈ ਜਿੱਥੇ ਜੀ ਸੈਕੰਡ ਹੈਂਡ ਕੱਪੜਾ ਮਿਲਦਾ ਹੈ ਜਿਸ ਤਰ੍ਹਾਂ ਤੁਸੀਂ ਘੰਟਾ ਘਰ ਦੇ ਪੁਲ ਦੇ ਥੱਲੇ ਦੇਖ ਰਹੇ ਹੋ ਕਿੰਨੇ ਲੋਕ ਬੈਠੇ ਨੇ ਸੜਕਾਂ ਤੇ ਢੇਰ ਲਗਾ ਲਗਾ ਕੇ ਬੈਠੇ ਨੇ ਏ ਜੀ ਸੈਕੰਡ ਹੈਂਡ ਕੱਪੜੇ ਨੇ ਰੈਡੀमेड ਜਿਵੇਂ ਕੋਈ ਲੇਡੀਜ਼ ਕੱਪੜੇ ਹੋਏ ਜੈਂਟਸ ਕੱਪੜੇ ਹੋਏ ਬੱਚਿਆਂ ਦੇ ਕੱਪੜੇ ਹੋਏ ਇਸ ਤਰ੍ਹਾਂ ਕਿਉਂਕਿ ਇਹ ਉਹ ਲੋਕ ਹੁੰਦੇ ਨੇ ਜਿਹੜੇ ਮੀਨਸ ਵੱਡੀਆਂ-ਵੱਡੀਆਂ ਕੋਠੀਆਂ ਵਿੱਚ ਜਾ ਜਾ ਕੇ ਮੰਗ-ਮੰਗ ਕੇ ਕੱਪੜੇ ਲਿਆਂਦੇ ਨੇ ਤੇ ਇੱਥੇ ਉਹਨਾਂ ਨੇ ਫਿਰ ਸਾਫ਼-ਸੂਫ਼ ਕਰਕੇ ਫਿਰ ਵੇਚਣੇ ਵਾਸਤੇ ਰੱਖੇ ਹੁੰਦੇ ਕਿਉਂਕਿ ਲੁਧਿਆਣਾ ਇੱਕ ਸਭ ਤੋਂ ਵੱਧ ਵਾਦੀ ਵਾਲਾ ਜ਼ਿਲ੍ਹਾ ਹੈ ਪੰਜਾਬ ਦਾ ਤੇ ਇੱਥੇ ਬਹੁਤ ਜ਼ਿਆਦਾ ਆਬਾਦੀ ਹੈ ਇਸ ਕਰਕੇ ਬਸ ਕੰਮ ਕਰਨਾ ਆਣਾ ਚਾਹੀਦਾ ਲੁਧਿਆਣੇ ਵਿੱਚ ਕੋਈ ਵੀ ਬੰਦਾ ਭੁੱਖਾ ਨਹੀਂ ਮਰ ਸਕਦਾ ਹੈਗਾ ਇੱਥੇ ਦੀ ਇਹ ਲੁਧਿਆਣੇ ਦੀ ਖਾਸੀਅਤ ਆ ਦੇਖੋ ਜੀ ਜਿਵੇਂ ਇਹ ਰਹਿਣ ਗੱਠਾ ਬੰਨ ਬੰਨ ਕੇ ਰੱਖਿਆ ਨੇ ਸੜਕ ਤੇ ਇਹ ਸਾਰੇ ਕੱਪੜੇ ਸੈਕੰਡ ਹੈਂਡ ਨੇ ਤੇ ਬਸ ਵਧੀਆ ਮਾੜਾ ਮੋਟਾ ਪਾਲਿਸ਼ ਪੁਲਿਸ਼ ਕਰਕੇ ਇਹ ਕੱਪੜਿਆਂ ਨੂੰ ਚਮਕਾ ਕੇ ਪ੍ਰੈਸ ਪ੍ਰੁਸ ਕਰਕੇ ਫਿਰੇ ਆ ਸੇਲ ਕਰ ਦਿੰਦੇ ਨੇ ਤੇ ਜਿਹੜੇ ਵਿਚਾਰੇ ਕੋਈ ਉਹ ਜੇ ਹੁੰਦੇ ਨਹੀਂ ਜ਼ਿਆਦਾ ਵਧੀਆ ਕਪੜਾ ਫੋਰਡ ਕਰ ਸਕਦੇ ਉਹ ਫਿਰ ਇਹਨਾਂ ਤੋਂ ਕਪੜੇ ਲੈ ਲੈਂਦੇ ਨੇ ਇਹ ਸਾਰੇ ਜੀ ਉਹੀ ਲੋਕ ਐ ਕਿਉਂਕਿ ਲੁਧਿਆਣੇ ਵਿੱਚ ਵੱਡੀਆਂ-ਵੱਡੀਆਂ ਕੋਠੀਆਂ ਕਰਕੇ ਲੋਕ ਨਾ ਅ ਥੋੜਾ ਟਾਈਮ ਹੀ ਕਪੜੇ ਪਾਉਂਦੇ ਨੇ ਫਿਰ ਉਹ ਇਸ ਤਰ੍ਹਾਂ ਕਪੜੇ ਕੱਢ ਦਿੰਦੇ ਨੇ ਜਿਵੇਂ ਕੋਈ ਤਿਹਾਰਾਂ ਤੇ ਦੀਵਾਲੀ-ਦਵੂਲੀ ਤੇ ਹੋਏ ਜਾਂ ਫਿਰ ਕੁਝ ਐਦਾਂ ਵੀ ਵੈਸੇ ਵੀ ਕਾਢ ਹੀ ਦਿੰਦੇ ਨੇ ਜਦੋਂ ਬਹੁਤ ਸਾਡੇ ਇੱਥੇ ਮੰਗਣੇ ਵਾਲੇ ਆਂਦੇ ਕਪੜੇ ਕੀ ਸਾਨੂੰ ਜੀ ਕਪੜੇ ਦੇ ਦਿਓ ਜਾਂ ਉਹਨਾਂ ਬੱਤੇ ਥੋੜੇ ਜਿਹੇ ਭਾਂਡੇ ਦੇ ਦਿੰਦੇ ਤਾਂ ਜੀ ਇਹ ਬਿਲਕੁਲ ਰੇਲਵੇ ਸਟੇਸ਼ਨ ਦੇ ਕਰ ਦੇ ਨਾਲ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਰੇਲਵੇ ਸਟੇਸ਼ਨ ਬਿਲਕੁਲ ਘੰਟਾ ਘਰ ਦੇ ਨਾਲ ਹੀ ਹੈ ਦੋ ਗੇਟ ਹੈ ਰੇਲਵੇ ਸਟੇਸ਼ਨ ਦੇ ਇੱਕ ਅੰਦਰ ਆਣ ਦਾ ਇੱਕ ਤੇ ਬਾਹਰ ਨਿਕਲਣ ਦਾ ਤੇ ਇਹ ਸਾਰੀ ਘੰਟਾ ਘਰ ਮਾਰਕੀਟ ਹੈ ਤੇ ਘੰਟਾ ਘਰ ਮਾਰਕੀਟ ਵਿੱਚ ਤੁਹਾਨੂੰ ਇੱਕ ਹੋਰ ਚੀਜ਼ ਵਧੀਆ ਮਾਰਕੀਟ ਹੈ ਦੀ ਇਹ ਹੈ ਕਿ ਇੱਥੇ ਤੁਹਾਨੂੰ ਜਿਵੇਂ ਤਰਪਾਲਾ ਹੋਈਆਂ ਕਿਸਾਨਾਂ ਦੇ ਉਹ ਲੈਂਦੇ ਹੁੰਦੇ ਧਾਨ ਝੋਨਾ ਵਗੈਰਾ ਝਾੜਨ ਵਾਸਤੇ ਤਰਪਾਲਾ ਜਾਂ ਫਿਰ ਕੋਈ ਵੀ ਇਸ ਤਰ੍ਹਾਂ ਕੋਈ ਤਰਪਾਲ ਪੱਲੀਆਂ ਦਾ ਇਸ ਤਰ੍ਹਾਂ ਕੋਈ ਵਧੀਆ ਜਿਹਨਾਂ ਮਟੀਰੀਅਲ ਲੈਣਾ ਹੋ ਤੁਹਾਨੂੰ ਘੰਟਾ ਘਰ ਦੀ ਮਾਰਕੀਟ ਵਿੱਚ ਬਹੁਤ ਆਰਾਮ ਨਾਲ ਮਿਲ ਸਕਦਾ ਹੈ ਜੀ ਇਹ ਵਾਲੀ ਮਾਰਕੀਟ ਬਿਲਕੁਲ ਘੰਟਾ ਘਰ ਦੇ ਨਾਲ ਹੀ ਹੈ ਤੇ ਉੱਪਰ ਜਿਹੜਾ ਤੁਸੀਂ ਪੁਲ ਦੇਖ ਰਹੇ ਹੋ ਜੀ ਇਹ ਹੈ ਜੀ ਘੰਟਾ ਘਰ ਦਾ ਪੁਲ ਤਾਂ ਇਸ ਤਰ੍ਹਾਂ ਇੱਦਾਂ ਮੀਨਸ ਬਹੁਤ ਸਾਰਾ ਇੱਥੇ ਸੇਲਾ ਲੱਗਿਆ ਹੁੰਦਿਆ ਲੁਧਿਆਣੇ ਦੀ ਸਭ ਤੋਂ ਸਸਤੀ ਮਾਰਕੀਟ ਹੈ ਘੰਟਾ ਘਰ ਮਾਰਕੀਟ ਤੇ ਉਹਦੇ ਨਾਲ ਹੀ ਬਿਲਕੁਲ ਚੋੜਾ ਬਾਜ਼ਾਰ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸੜਕਾਂ ਉੱਤੇ ਕਿਵੇਂ ਲੋਕਾਂ ਨੇ ਆਪਣੀਆਂ ਰੇੜੀਆਂ ਫੜੀਆਂ ਲਗਾਈਆਂ ਹੁੰਦੀ ਇੱਥੇ ਕਿਉਂਕਿ ਕੰਪੀਟੀਸ਼ਨ ਹੈ ਬਹੁਤ ਜ਼ਿਆਦਾ ਵੱਦੀ ਹੈ ਬਹੁਤ ਜ਼ਿਆਦਾ ਦੁਕਾਨਾਂ ਹੈ ਬਹੁਤ ਜ਼ਿਆਦਾ ਉਰੇ ਸੇਲਾ ਲੱਗਿਆ ਹੁੰਦੀਆਂ ਇਸ ਕਰਕੇ ਬਹੁਤ ਲੋਕ ਇੱਥੇ ਆਉਂਦੇ ਨੇ ਲੁਧਿਆਣੇ ਦੇ ਤਾਂ ਆਂਦੇ ਹੀ ਆ ਤੇ ਬਾਹਰੋਂ ਵੀ ਬਹੁਤ ਪਬਲਿਕ ਆਂਦੀ ਹੈ ਜੀ ਤਾਂ ਦੋਸਤੋ ਐਸੀਗੀ ਸਾਡੀ ਅੱਜ ਦੀ ਵੀਡੀਓ ਵੀਡੀਓ ਤੁਹਾਨੂੰ ਪਸੰਦ ਆਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਤੇ ਅਗਰ ਤੁਹਾਡੇ ਕੋਈ ਵੀ ਇਸ ਤਰ੍ਹਾਂ ਦੇ ਕੁਐਸਚਨ ਹੋਵੇ ਤਾਂ ਤੁਸੀਂ ਕਮੈਂਟ ਬਾਕਸਾਂ ਵਿੱਚ ਪੁੱਛ ਸਕਦੇ ਹੋ ਜੀਨੇ ਮਤਲਬ ਕਿਹੜੀ ਮਾਰਕੀਟ ਬਾਰੇ ਕੋਈ ਜਾਣਨਾ ਹੋਵੇ ਜੀ ਕਿਹੜੀ ਮਾਰਕੀਟ ਵਿੱਚ ਕੀ ਸਮਾਨ ਮਿਲਦਾ ਹੈ ਅਸੀਂ ਤੁਹਾਨੂੰ ਉਹ ਦੱਸ ਦਿਆ ਕਰਾਂਗੇ ਜੀ ਤਾਂ ਇਹ ਦੇਖੋ ਜੀ ਇਹ ਵਾਲੀ ਰੋਡ ਅੱਗੇ ਨਿਕਲ ਜਾਂਦੀ ਉਧਰ ਆਪਣਾ ਸਮਰਾਲਾ ਚੌਂਕ ਸਾਈਡ ਮੀਨਸ ਉਹ ਤਾਂ ਅਜੇ ਦੂਰ ਹੈ ਤੇ ਉਸ ਤੋਂ ਪਹਿਲਾਂ ਜਿਹੜੇ ਬੁਕਸ ਮਾਰਕੀਟ ਹੈ ਲੱਕੜ ਬਾਜ਼ਾਰ ਹੈ ਸਾਬਣ ਬਾਜ਼ਾਰ ਹੈ ਸਾਰਾ ਇੱਧਰ ਨੂੰ ਚਲਾ ਜਾਂਦਾ ਹੈ ਜੀ